ਗੁਰਦਾਸਪੁਰ ਦੇ CIA ਸਟਾਫ ਪੁਲਿਸ ਨੇ ਗੁਪਤ ਸੂਚਨਾ ਮਿਲਣ ਤੇ ਇੱਕ ਵਿਅਕਤੀ ਮੋਹਨ ਲਾਲ ਦੇ ਘਰ ਤੋਂ 50 ਪੇਟੀਆਂ ਨਜਾਇਜ਼ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਜੋ ਉਤਰਾਂਚਲ ਪ੍ਰਦੇਸ਼ ਤੋਂ ਲਿਆ ਕੇ ਗੁਰਦਾਸਪੁਰ ਦੇ ਵਿੱਚ ਵੇਚਦਾ ਸੀ। ਇਸ ਦਾ ਇੱਕ ਸਾਥੀ ਵਿਕਰਮ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਨਜਾਇਜ਼ ਸ਼ਰਾਬ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਜ਼ਾਦ TV ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਦੀ ਰਿਪੋਰਟ। ਨੂੰ ਸਾਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਮੋਹਨ ਲਾਲ ਸਾਹਿਬ ਆਫ ਆਨੰਦ ਲਾਲ ਬੈਕ ਸਾਈਡ ਬੱਸ ਸਟੈਂਡ, ਇਹ ਆਪਣੇ ਘਰ ਵਿੱਚ ਬਾਹਰ ਦੀ ਸ਼ਰਾਬ ਲਿਆ ਕੇ ਠੇਕੇ ਦੀ ਉਤਰਾਂਚਲ ਪ੍ਰਦੇਸ਼ ਦੀ ਵੇਚਦਾ। ਜਦੋਂ ਰੇਡ ਕੀਤਾ ਗਿਆ ਇਹਦੇ ਘਰ, ਇਹ ਆਪਣੀ ਲਾਲ ਰੰਗ ਦੀ ਸਵਿਫਟ ਗੱਡੀ ਦੇ ਵਿੱਚੋਂ ਲਾਹ ਰਿਹਾ ਸੀ ਅਤੇ ਇਸ ਨੂੰ ਉੱਥੇ ਕਾਬੂ ਕਰਕੇ ਜਦੋਂ ਪੇਟੀਆਂ ਦੀ ਗਿਣਤੀ ਕੀਤੀ ਗਈ ਅਤੇ 50 ਪੇਟੀਆਂ ਦੇ ਬਰਾਮਦ ਹੋਈਆਂ, ਇਹਦੇ 'ਤੇ FIR ਦਰਜ ਕੀਤੀ ਗਈ ਹੈ ਅਤੇ ਮੁਕੱਦਮਾ ਦਰਜ ਲਈ ਤਫਤੀਸ਼ ਆਪਾਂ ਲੈਣ ਡਿਆ। ਇਹਦੇ ਨਾਲ ਦਾ ਇੱਕ ਸਾਥੀ ਸੀ ਜਿਹੜਾ ਵਿਕਰਮ, ਉਹ ਮੌਕੇ ਤੋਂ ਫਰਾਰ ਹੋ ਗਿਆ, ਉਹਦੀ ਭਾਲ ਦੇ ਵਿੱਚ ਆਪਾਂ ਰੇਡ ਕਰ ਰਹੇ ਹਾਂ ਅਤੇ ਜਦੋਂ ਉਹਦੀ ਗ੍ਰਿਫਤਾਰੀ ਹੋਏਗੀ, ਜੈਸੀ ਤਫਤੀਸ਼ ਹੋਏਗੀ, ਅੱਗੇ ਤਾਂ ਅਮਲ ਕੀਤੀ ਲਿਆਂਦੀ ਜਾਵੇਗੀ। ਇਹਦੇ ਨਾਲ ਪੁੱਛਗਿੱਛ ਕਰ ਰਹੇ ਹਾਂ, ਇਹਦਾ ਰਿਮਾਂਡ ਲਿਆ ਕੇ ਫਿਰ ਅਗਲੀ ਕਾਰਵਾਈ ਕਰਾਂਗੇ। ਜਿਹੜਾ ਬਿੱਕਾ, ਉਹਦੇ 'ਤੇ ਕਾਫੀ ਮੁਕੱਦਮੇ ਦਰਜ ਹੈ, ਇਹਦੇ ਬਾਰੇ ਅਜੇ ਪਤਾ ਕਰਨਾ ਬਾਕੀ ਹੈ।